ਸੋ ਲੋਕ ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ ਅਸ਼ਟਪਦੀ ਚਰਨ ਸਤ ਸਤ ਪਰਸਨ ਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤਿਪੇਖਨਹਾਰ ਨਾਮ ਸਤ ਸਤ ਧਿਆਵਨਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭ ਬਖਤਾ ਸੁਰਤ ਸਤ ਸਤ ਜਸ ਸੁਨਤਾ ਬੁਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਬੁਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਕਲਗੀਧਰ ਦਸ਼ਮੇਸ਼ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਖਾਲਸਾ ਪੰਥ ਨੂੰ ਅਸੀਸ ਬਖਸ਼ੀਸ਼ ਪਾਵਨ ਪਵਿੱਤਰ ਗੁਰੂ ਫਤਿਹ ਦੇ ਨਾਲ ਆਪਾਂ ਸਾਰੇ ਸਾਂਝ ਪਾਈਏ ਜੀ ਸਤਕਾਰ ਨਾਲ ਪ੍ਰੇਮ ਨਾਲ ਗੁਰੂ ਦੇ ਪਿਆਰ ਵਿੱਚ ਭਿੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਬਹੁਤ ਕਿਰਪਾ ਕੀਤੀ ਹੈ ਉਹਨਾਂ ਦੀ ਅਪਾਰ ਰਹਿਮਤ ਹੋਈ ਹੈ ਜੋ ਸੁਖਮਨੀ ਸਾਹਿਬ ਦੀ ਪਾਵਨ ਬਾਣੀ ਦੀ ਵਿਚਾਰ ਕਰਦੇ ਹੋਇਆ ਅਸੀਂ 16 ਅਸ਼ਟਪਦੀਆਂ ਸੰਪੂਰਨ ਕੀਤੀਆਂ ਨੇ ਤੇ 17ਵੀਂ ਅਸ਼ਟਪਦੀ ਅੱਜ ਤੋਂ ਆਰੰਭ ਆਪਾਂ ਕਰਨ ਲੱਗੇ ਆਂ 17ਵੀਂ ਅਸ਼ਟਪਦੀ ਜਿਹਦਾ ਸ਼ਲੋਕ ਅਤੇ ਪਹਿਲੀ ਪੌੜੀ ਆਪ ਜੀ ਨੇ ਪਿਆਰ ਨਾਲ ਸਰਵਨ ਕੀਤੀ ਹੈ ਸਤਿਗੁਰੂ ਦੀ અપਾਰ ਦਇਆ ਹੈ ਕਿਰਪਾ ਹੈ ਕਿ ਮਾਲਕ ਨੇ ਆਪ ਮਿਰ ਪਰਿਆ ਹੱਥ ਰੱਖ ਕੇ ਆਪਣੇ ਦਾਸਰੇ ਪਾਸੋਂ ਆਪਣੀ ਸੇਵਾ ਲਈ ਹੈ ਸ਼ੁਰੂਆਤ ਵਿੱਚ ਮੈਂ ਦੱਸ ਦਵਾਂ ਜਿਹੜਾ ਆਪਾਂ ਸ਼ਲੋਕ ਪੜ੍ਹਿਆ ਹੈ ਸ਼ਲੋਕ ਆਦ ਸੱਚ ਜੁਗਾਦ ਸੱਚ ਇਹ ਸ਼ਲੋਕ ਜਪਜੀ ਸਾਹਿਬ ਦੇ ਵਿੱਚ ਵੀ ਆਉਂਦਾ ਹੈ ਪਰ ਜਪਜੀ ਸਾਹਿਬ ਦੀ ਪਾਉਣ ਬਾਣੀ ਦੇ ਵਿੱਚ ਇਹ ਸ਼ਲੋਕ ਥੋੜਾ ਜਿਹਾ ਪਿੰਤਾ ਦੇ ਨਾਲ ਵਰਤਿਆ ਗਿਆ ਜਿਵੇਂ ਉੱਥੇ ਭੀ ਹੈ ਇੱਥੇ ਭੇ ਹੈ ਭਵੇ ਸਿਹਾਰੀ ਹੈ ਉੱਥੇ ਭਵੇ ਬਿਹਾਰੀ ਹੈ ਪਰ ਮੀਨਿੰਗ ਸੇਮ ਹੈ ਸਿਧਾਂਤ ਨਹੀਂ ਬਦਲਿਆ ਗਿਆ ਮੀਨਿੰਗ ਨਹੀਂ ਬਦਲਿਆ ਗਿਆ ਆਦ ਸੱਚ जुगाड़ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ ਇੱਕ ਹੋਰ ਇੱਥੇ ਮੈਂ ਤੁਹਾਡੇ ਨਾਲ ਨੁਕਤਾ ਸਾਂਝਾ ਕਰ ਦਵਾਂ ਇੱਕ ਇਹ ਵਿਸ਼ਵਾਸ ਪਿਆ ਜਾਂਦਾ ਹੈ ਕਿ ਜਦੋਂ ਸੋਖਨੀ ਸਾਹਿਬ ਦੀ ਰਚਨਾ ਕਰ ਰਹੇ ਸਨ ਧੰਨ ਗੁਰੂ ਨਾਨਕ ਸਾਹਿਬ ਦੀ ਜੋਤ ਪੰਜਵੀਂ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਤਾਂ ਸੋਖਨੀ ਸਾਹਿਬ ਦੀ ਰਚਨਾ ਕਰਦਿਆਂ ਕਰਦਿਆਂ ਇੱਥੇ ਜਾ ਕੇ ਜਦੋਂ ਪਹੁੰਚੇ ਨੇ ਤੇ گا ਬਾਣੀ ਨਹੀਂ ਸੀ ਤੁਰਦੀ ਤਾਂ ਉਸ ਟਾਈਮ ਉਹਨਾਂ ਨੇ ਬਾਬਾ ਸ਼ਰੀ ਚੰਦ ਜੀ ਦੀ ਜਿਹੜੀ ਹੈ ਉਹ ਅਗਵਾਈ ਲਈ ਸੀ ਤਾਂ ਉਹਨਾਂ ਨੇ ਇਹ ਸ਼ਲੋਕ ਜਿਹੜਾ ਸੀ ਉਚਾਰਨ ਕੀਤਾ ਸੀ ਥੋੜੀ ਜਿਹੀ ਪਿੰਨਤਾ ਦੇ ਨਾਲ ਤਾਂ ਲਿਖਿਆ ਗਿਆ ਅਸਲ ਦੇ ਵਿੱਚ ਇਹ ਨਿਰਮੂਲ ਹੈ ਮੂਲ ਰਹਿਤ ਗੱਲ ਹੈ ਇਦਾਂ ਦੀ ਕੋਈ ਗੱਲ ਨਹੀਂ ਹੈ ਕੁਝ ਸਾਖੀਕਾਰਾਂ ਨੇ ਇਹੋ ਜਿਹੀਆਂ ਜਿਹੜੀਆਂ ਗੱਲਾਂ ਨੇ ਇਹ ਪ੍ਰਚਲਿਤ ਕੀਤੀਆਂ ਨੇ ਪਰ ਅਸਲ ਦੇ ਵਿੱਚ ਐਸੀ ਕੋਈ ਵੀ ਗੱਲ ਹੋਈ ਨਹੀਂ ਹੈ ਮੈਂ ਜ਼ਿਆਦਾ ਗਾ ਨਹੀਂ ਵੱਧਦਾ ਸਿਰਫ ਤੇ ਸਿਰਫ ਮੈਂ ਟੂਕਾ ਮਾਤਰ ਤੁਹਾਡੇ ਨਾਲ ਇਹ ਵਿਚਾਰ ਸਾਂਝੀ ਕੀਤੀ ਹੈ ਵੀ ਇਹ ਮਨ ਘੜਤ ਗੱਲਾਂ ਹੈ ਜਿਹੜੀਆਂ ਸਾਂਝੀਆਂ ਕੀਤੀਆਂ ਗਈਆਂ ਲੋਕਾਂ ਦੇ ਮਨਾਂ 'ਚ ਬਿਠਾਈਆਂ ਗਈਆਂ ਪਰ ਅਸਲ ਦੇ ਵਿੱਚ ਇਦਾਂ ਦੀ ਕੋਈ ਵੀ ਗੱਲ ਨਹੀਂ ਸੀ। ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਦੋਂ ਇਹ ਸ਼ਲੋਕ ਉਚਾਰਨ ਕੀਤਾ ਤਾਂ ਸਤਗੁਰ ਨੇ ਕਿਹਾ ਵੀ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਉਸੀ ਪੀ ਸੱਚ। ਇੱਥੇ ਪ੍ਰਮਾਤਮਾ ਦੀ ਗੱਲ ਕੀਤੀ ਗਈ ਸਰਵ ਵਿਆਪਕਤਾ ਦੀ। ਪਿਪਰ ਮਾਤਮਾ ਅੱਜ ਵੀ ਮੌਜੂਦ ਹੈ ਕੱਲ ਵੀ ਹੋਏਗਾ ਆਉਣ ਵਾਲੇ ਸਮੇਂ 'ਚ ਵੀ ਰਹੇਗਾ ਅਸੀਂ ਸਾਡਾ ਜਿਹੜਾ ਜੀਵਨ ਹੈ ਉਹ ਹਮੇਸ਼ਾ ਨਹੀਂ ਰਹਿਣਾ ਪਰ ਨਿਰੰਕਾਰ ਹਮੇਸ਼ਾ ਸੀ ਹਮੇਸ਼ਾ ਹੈ ਹਮੇਸ਼ਾ ਰਹੇਗਾ ਇਹ ਦੱਸਿਆ ਗਿਆ ਉਹਦੀ ਤਾਕਤ ਜਿਹੜੀ ਹੈ ਉਹ ਬੜੀ ਕਮਾਲ ਦੀ ਹੈ ਉਹਦੀ ਤਾਕਤ ਨੇ ਹਮੇਸ਼ਾ ਰਹਿਣਾ ਅਸੀਂ ਆਉਣ ਜਾਣ ਵਾਲੇ ਆਉਂਦੇ ਜਾਂਦੇ ਰਵਾਂਗੇ ਪਰ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਦੀ ਜਿਹੜੀ ਹਸਤੀ ਹੈ ਉਹ ਹਮੇਸ਼ਾ ਰਹੇਗੀ ਸੋ ਆਓ ਇਸ ਸ਼ਲੋਕ ਦੇ ਨਾਲ ਆਪਾਂ ਜੁੜਦੇ ਹਾਂ ਇਹਦੇ ਵਿੱਚੋਂ ਰੱਬੀ ਗੁਣਾ ਦੇ ਆਧਾਰ ਉੱਤੇ ਸਾਨੂੰ ਕੀ ਸਿੱਖਣ ਨੂੰ ਮਿਲਦਾ ਹੈ ਉਹ ਵੀ ਨਾਲ-ਨਾਲ ਵਿਚਾਰ ਕਰਦੇ ਹਾਂ ਸ਼ਲੋਕ 17ਵੀਂ ਅਸ਼ਟਪਦੀ ਆਰੰਭ ਹੈ ਸ਼ਲੋਕ ਆਦ ਸੱਚ ਜੁਗਾਦ ਸੱਚ ਅਕਾਲ ਪੁਰਖ ਵਾਹਿਗੁਰੂ ਮੋਢ ਤੋਂ ਹੀ ਹੋਦ ਵਾਲਾ ਹੈ ਆਦ ਸ਼ੁਰੂ ਤੋਂ ਸ਼ੁਰੂ ਤੋਂ ਦੇਖੋ ਜਦੋਂ ਦੁਨੀਆ ਬਣੀ ਨਹੀਂ ਸੀ ਪਰਮਾਤਮਾ ਉਦੋਂ ਵੀ ਮੌਜੂਦ ਸੀ ਜਦੋਂ ਦੁਨੀਆ ਬਣੀ ਹੈ ਰੱਬ ਉਦੋਂ ਵੀ ਮੌਜੂਦ ਹੈ ਆਉਣ ਵਾਲੇ ਸਮੇਂ 'ਚ ਵੀ ਰਹੇਗਾ ਆਦ ਸੱਚ ਜੁਗਾਦ ਸੱਚ ਜਦੋਂ ਤੋਂ ਜੁਗਾਦ ਦੀ ਸ਼ੁਰੂਆਤ ਹੋਈ ਪਰਮਾਤਮਾ ਉਦੋਂ ਤੋਂ ਹੀ ਹੈ ਭਾਵ ਉਸ ਆਕਾਰਪੁਰਖ ਵਾਹਿਗੁਰੂ ਦੇ ਕਈ ਰੰਗ ਨੇ ਕਈ ਰੂਪ ਨੇ ਕਈ ਰੰਗਾਂ ਕਈ ਰੂਪਾਂ ਦੇ ਵਿੱਚ ਹਮੇਸ਼ਾ ਮੌਜੂਦ ਰਿਹਾ ਹੈ ਹੈ ਭੇ ਸੱਚ ਹੁਣ ਵੀ ਮੌਜੂਦ ਹੈ ਨਾਨਕ へ ਨਾਨਕ ਹੋਸੀ ਭੇ ਸੱਚ ਹੋਸੀ ਦਾ ਮਤਲਬ ਹੈ ਹੋਵੇਗਾ ਆਉਣ ਵਾਲੇ ਸਮੇਂ ਵਿੱਚ ਵੀ ਕਾਇਮ ਰਹੇਗਾ ਮੌਜੂਦ ਰਹੇਗਾ ਇਥੇ ਸ਼ਬਦ ਵਰਤਿਆ ਗਿਆ ਸੱਚ बार-बार ਸੱਚ ਝੂਠ ਅਤੇ ਸੱਚ ਇਹਦੀ ਜੰਗ ਹਮੇਸ਼ਾ ਲੱਗੀ ਰਹੀ ਹੈ ਝੂਠ ਨੂੰ ਅਸਲ ਦੇ ਵਿੱਚ ਇਹ ਭਨੇਖਾ ਰਹਿੰਦਾ ਹੈ ਵੀ ਸ਼ਾਇਦ ਮੈਂ ਜਿੱਤ ਜਾਵਾਂਗਾ ਪਰ ਇਹ ਜ਼ਰੂਰੀ ਨਹੀਂ ਹੈ ਤੇਰੀ ਹੋਂਦ ਸਦਾ ਨਹੀਂ ਹੈ ਨਿਰੰਕਾਰ ਦੀ ਹੋਂਦ ਸਦਾ ਹੈ ਉਨੇ ਹਮੇਸ਼ਾ ਰਹਿਣਾ ਹੁਣ ਸਾਨੂੰ ਕੀ ਸਿੱਖਣੂ ਇਹਦੇ ਵਿੱਚੋਂ ਮਿਲਦਾ ਕਿ ਪਿਆਰਿਓ ਜਿਹੜਾ ਪਰਮਾਤਮਾ ਉਦੋਂ ਵੀ ਮੌਜੂਦ ਸੀ ਜਦੋਂ ਦੁਨੀਆ ਨਹੀਂ ਸੀ ਜਿਹੜਾ ਪਰਮਾਤਮਾ ਹੁਣ ਵੀ ਮੌਜੂਦ ਹੈ ਜਿਹੜਾ ਪਰਮਾਤਮਾ ਆਉਣ ਵਾਲੇ ਸਮੇਂ ਵਿੱਚ ਵੀ ਮੌਜੂਦ ਰਹੇਗਾ ਬੰਦੇ ਉਹਦੇ ਚਰਨਾਂ 'ਚ ਲੱਗ ਜਾ ਉਹਦੇ ਚਰਨਾਂ 'ਚ ਲੱਗ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਆਖੇ ਮੰਗੇ ਦੇਹ ਦੇ ਦਾਤ ਕਰੇ ਦਾਤਾਰ ਆਪਾਂ ਉਸ ਦੇ ਚਰਨਾਂ 'ਚ ਲੱਗਣਾ ਜਿਹਦਾ ਹੁਕਮ ਜਿਹਦਾ ਨਿਯਮ ਤੇ ਜਿਹਦੀ ਹਸਤੀ ਹਮੇਸ਼ਾ ਸੱਚ ਹੈ ਆਉਣ ਜਾਣ ਵਾਲੇ ਕੱਚੇ ਪਿੱਲਿਆਂ ਦੇ ਪਿੱਛੇ ਲੱਗ ਕੇ ਅਸੀਂ ਆਪਣੀ ਨਿੱਜ ਹਸਤੀ ਨੂੰ ਖਰਾਬ ਨਹੀਂ ਕਰਨਾ ਆਪਣੀ ਜ਼ਿੰਦਗੀ ਨੂੰ ਬਰਬਾਦ ਨਹੀਂ ਕਰਨਾ ਆਨੰਦ ਤਾਂ ਉੱਥੇ ਹੀ ਹੈ ਜੋ ਹਮੇਸ਼ਾ ਹੈ ਜਿਵੇਂ ਆਨੰਦ ਕਦੇ ਨਹੀਂ ਖਤਮ ਹੁੰਦਾ ਰੱਬ ਕਦੇ ਨਹੀਂ ਖਤਮ ਹੁੰਦਾ ਅਸੀਂ ਝੂਠਿਆਂ ਨੂੰ ਰੱਬ ਸਮਝ ਕੇ ਕਈ ਵਾਰ ਆਪਣੀ ਜ਼ਿੰਦਗੀ ਨੂੰ ਬਹੁਤ ਜ਼ਿਆਦਾ ਗਰਕ ਕਰਦੇ ਹਾਂ ਇਥੋਂ ਇੱਕ ਹੋਰ ਕਮਾਲ ਦੀ ਗੱਲ ਹੈ ਜਿਹੜੀ ਸਮਝਣ ਵਾਲੀ ਹੈ ਕਿ ਨਰੰਕਾਰ ਅਕਾਲਪੁਰਖ ਵਾਹਿਗੁਰੂ ਅਵਤਾਰੀ ਰੂਪ ਦੇ ਵਿੱਚ ਵੀ ਦੁਨੀਆ ਤੇ ਨਹੀਂ ਆਉਂਦਾ ਕਿਉਂਕਿ ਸਤਗੁਰ ਨੇ ਕਿਹਾ ਪ੍ਰਮਾਤਮਾ ਕਦੇ ਵੀ ਮਰਦਾ ਨਹੀਂ ਹੈ ਪ੍ਰਮਾਤਮਾ ਕਦੇ ਵੀ ਖਤਮ ਨਹੀਂ ਹੁੰਦਾ ਕਦੇ ਖਪਤ ਨਹੀਂ ਹੁੰਦਾ ਜੋਜੀ ਸਾਹਿਬ ਚ ਕਿਹਾ ਗਿਆ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਉਹਦਾ ਵੇਸ ਹਮੇਸ਼ਾ ਇੱਕ ਤਰ੍ਹਾਂ ਦਾ ਰਿਹਾ ਇੱਕ ਤਰ੍ਹਾਂ ਦਾ ਰੂਪ ਰਿਹਾ ਆਦ ਮੋਢਾ ਦੁਨੀਆ ਦਾ ਅਨੀਲ ਉਹਨੂੰ ਕੋਈ ਕਾਲਕ ਉਹਨੂੰ ਕੋਈ ਦਾਗ ਨਹੀਂ ਲੱਗਦਾ ਅਨਾਦ ਅਨਾਦ ਉਹਦਾ ਕੋਈ ਵੀ ਦੁਨੀਆ ਦਾ ਬੰਦਾ ਉਹਦਾ ਜਿਹੜਾ ਆਦ ਹੈ ਮੋਢਾ ਉਹ ਨਹੀਂ ਜਾਣ ਸਕਦਾ ਅਨਾਹਤ ਅਨ ਆਹਤ ਅਨਾਹਤ ਮਤਲਬ ਕਿ ਉਹਨੂੰ ਨਾਸ਼ ਨਹੀਂ ਕੀਤਾ ਜਾ ਸਕਦਾ ਉਹਨੂੰ ਟੋਟੇ ਟੁੱਟੇ ਨਹੀਂ ਕੀਤਾ ਜਾ ਸਕਦਾ ਜੋਗ ਜੋਗ ਇੱਕੋ ਵੇਸ ਹਮੇਸ਼ਾ ਰਹਿਣ ਵਾਲਾ ਜਿਹੜਾ ਇਸ ਲਈ ਆਦੇਸ਼ ਦਸੈ ਆਦੇਸ਼ ਉਹਨੂੰ ਆਦੇਸ਼ ਕਰਨੀ ਉਹਨੂੰ ਨਮਸਕਾਰ ਕਰਨੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਕਿਰਪਾ ਇਹ ਕੀਤੀ ਕਿ ਬੰਦਿਆ ਕਦੇ ਵੀ ਆਪਾਂ ਅਵਤਾਰੀ ਪੁਰਸ਼ਾਂ ਦੇ ਪੈਰੀ ਨਹੀਂ ਪੈਣਾ ਨਹੀਂ ਕਿਉਂਕਿ ਰੱਬ ਨਿਰੰਕਾਰ ਅਵਤਾਰਾਂ ਲੈ ਕੇ ਦੁਨੀਆ ਤੇ ਆਉਂਦਾ ਹੀ ਨਹੀਂ ਹੈ ਅਸਲ ਵਿੱਚ ਰੱਬ ਹੈ ਕੀ ਹੈ ਸਾਡੇ ਵਿੱਚ ਵੱਸਦਾ ਹੈ ਉਹ ਆਪਾਂ ਬਾਹਰ ਨਾ ਕਿਤੇ ਜਾਈਏ ਆਪਣੇ ਅੰਦਰੋਂ ਵੀ ਖੋਜ ਸਕਦੇ ਹਾਂ ਗੁਰਬਾਣੀ ਕੀ ਹੈ ਸਾਨੂੰ ਗਾਈਡੈਂਸ ਦਿੰਦੀ ਹੈ ਨਕਸ਼ਾ ਦਿੰਦੀ ਹੈ ਸਮਝਾਉਂਦੀ ਹੈ ਉਹਦੇ ਮੁਤਾਬਕ ਜੀਵਨ ਢਲਣਾ ਹੁੰਦਾ ਸੋ ਸਤਗੁਰੂ ਨੇ ਜੋ ਕਿਹਾ ਉਹਨੂੰ ਆਪਾਂ ਪੱਲੇ ਬੰਨਣਾ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਕਿ ਬੰਦੇ ਆ ਸਦਾ ਥਿਰ ਨਹੀਂ ਰਹਿਣਾ ਦੁਨੀਆ ਤੇ ਰੱਬ ਸਦਾ ਥਿਰ ਹੈ ਤੂੰ ਸਦਾ ਸਿਰ ਨਹੀਂ ਰਹਿਣਾ ਦੁਨੀਆ ਤੇ ਇਸ ਲਈ ਕਿਸੇ ਦਾ ਮਾੜਾ ਕਰਨਾ ਮਾੜਾ ਬੋਲਣਾ ਮਾੜੀ ਵਿਚਾਰ ਧਾਰਾ ਪੈਦਾ ਕਰਨੀ ਜਾਂ ਮੰਦ ਕਰਮ ਦੁਨੀਆ 'ਚ ਆ ਕੇ ਕਰਨੇ ਇਹ ਛੱਡ ਕੇ ਕਿਸੇ ਚੰਗੇ ਪਾਸੇ ਨੂੰ ਕਿਸੇ ਚੰਗੇ ਵੇਹ ਨੂੰ ਤੁਰਪਾ ਸ਼ਾਇਦ ਤੇਰਾ ਭਲਾ ਹੋ ਜਾਏ ਸ਼ਾਇਦ ਤੇਰਾ ਪਾਰ ਉਤਾਰਾ ਹੋ ਜਾਏ ਕਿਉਂਕਿ ਜਿਸ ਰਸਤੇ ਨੂੰ ਤੂੰ ਤੁਰਿਆ ਆਂ ਉਹ ਸਦਾ ਰਹਿਣ ਵਾਲਾ ਨਹੀਂ ਹੈ ਇਹ ਗੱਲਾਂ ਗੁਰਬਾਣੀ ਵਿੱਚ ਇਤਿਹਾਸ ਵਿੱਚ ਦੱਸੀਆਂ ਗਈਆਂ ਨੇ ਔਰ ਇਹਨਾਂ ਨੂੰ ਨੋਟ ਕਰਨ ਦੀ ਲੋੜ ਹੈ ਆਜ ਦੇ ਜੀਵਨ ਵਿੱਚ ਤਾਂ ਅਸੀਂ ਸੁਹੇਲੇ ਹੋ ਸਕਦੇ ਆਂ ਅਗਲੀ ਗੱਲ ਅਸ਼ਟਪਦੀ ਅਸ਼ਟਪਦੀ 8 ਪਦਿਆਂ ਵਾਲੀ ਭਾਗ ਜੀ ਦੇ 8 ਪਾਠ ਹੈ ਚਰਨ ਸਤ ਅਕਾਲ ਪੁਰਖ ਵਾਹਿਗੁਰੂ ਦੇ ਜਿਹੜੇ ਚਰਨ ਨੇ ਉਹ ਵੀ ਸਦਾ ਰਹਿਣ ਵਾਲੇ ਨੇ ਸਤ ਪਰਸਨਹਾਰ ਪਰਸਨਹਾਰ ਦਾ ਮਤਲਬ ਹੈ ਉਹਨਾਂ ਨੂੰ ਛੋਣ ਵਾਲੇ ਭਾਵ ਉਹਨਾਂ ਦੀ ਮੌਜ ਵਿੱਚ ਰਹਿਣ ਵਾਲੇ ਉਹ ਵੀ ਸਦਾ ਰਹਿਣ ਵਾਲੇ ਨੇ ਹੁਣ ਕਮਾਲ ਦੀ ਗੱਲ ਇੱਥੇ ਸਤਗੁਰੂ ਨੇ ਕਹੀ ਪ੍ਰਮਾਤਮਾ ਦੇ ਚਰਨ ਨੇ ਦਿਸਦੇ ਨਹੀਂ ਅਸਲ ਦੇ ਵਿੱਚ ਰੱਬ ਦੇ ਚਰਨ ਹੈ ਹੀ ਨਹੀਂ ਪਰ ਇਹ ਸਾਰੇ ਚਰਨ ਉਹਦੇ ਆਪਣੇ ਚਰਨ ਜਿਵੇਂ ਮੈਂ ਇੱਕ ਦਿਨ ਪਹਿਲਾਂ ਵੀ ਕਿਹਾ ਸੀ ਕਿ ਆਰ ਜਿਹੜੀ ਬਾਣੀ ਹੈ ਸੋਹਲਾ ਸਾਹਿਬ ਦੀ ਆਰਤੀ ਦੇ ਰੂਪ ਦੇ ਵਿੱਚ ਜਦੋਂ ਜਿਹੜਾ ਆਪਾਂ ਸ਼ਬਦ ਪੜ੍ਹਦੇ ਹਾਂ ਗਗਨ ਮਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਤੂਪਮਲ ਆਣ ਲੋ ਪਵਨ ਚਵਰੋ ਕਰੀ ਸਗਲ ਬਨਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਣਾ ਤੇਰੀ ਆਰਤੀ ਅਨਹਤਾ ਸ਼ਬਦ ਵਜੰਤ ਭੇਰੀ ਰਹਾਉ ਸਹਸ ਤਵ ਨੈਨ ਅੱਖਾਂ ਹਜ਼ਾਰਾਂ ਹੀ ਅੱਖਾਂ ਤੇਰੀਆਂ ਸੈਸ ਤਵ ਨੈਣ ਨਨ ਨੈਣ ਹੈ ਤੋਹੇ ਕਉ ਸੈਸ ਮੂਰਤ ਨਨ ਏਕ ਤੋਹੀ ਸੈਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸੈਸ ਤਵ ਗੰਧ ਇਵਚਲਤੁ ਮੋਹੀ ਸਾਮੈ ਜੋਤ ਜੋਤ ਹੈ ਸੋਇ ਤਿਦਾ ਚਰਨ ਸਾਮੈ ਚਰਨੋ ਅਸਲ ਦੇ ਵਿੱਚ ਰੱਬ ਦੀਆਂ ਅੱਖਾਂ ਹੈ ਨਹੀਂ ਪਰ ਹਜ਼ਾਰਾਂ ਅੱਖਾਂ ਨੇ ਉਹਦੀਆਂ ਨਿਰਗੁਣ ਰੂਪ ਦੇ ਵਿੱਚ ਉਹ ਉਦਾ ਸਰੀਰ ਨਹੀਂ ਹੈ ਸਰਗਲ ਰੂਪ ਦੇ ਵਿੱਚ ਉਹਦਾ ਸਰੀਰ ਹੈ ਸੋ ਸਾਡੇ ਪੈਰ ਉਹਦੀ ਪੈਰ ਹੈ ਸਾਡੀਆਂ ਅੱਖਾਂ ਉਹਦੀਆਂ ਅੱਖਾਂ ਨੇ ਸਾਡੇ ਹੱਥ ਉਹਦੇ ਹੀ ਹੱਥ ਨੇ ਸੋ ਉਹ ਰੰਗ ਜਿਹੜੇ ਮੰਨਣ ਵਾਲੇ ਨੇ ਰੱਬ ਦੇ ਪਿਆਰੇ ਉਹ ਵੀ ਸਦਾ ਥਿਰ ਰਹਿ ਰੱਬ ਦੇ ਚਰਨ ਵੀ ਸਦਾ ਥਿਰ ਹੈ ਇਥੇ ਸਮਝਾਇਆ ਗਿਆ ਪਿਆਰਿਆ ਰੱਬ ਦੀ ਹਸਤੀ ਬੜੀ ਕਮਾਲ ਦੀ ਹੈ ਸਦਾ ਰਹਿਣ ਵਾਲੀ ਹੈ ਉਹਦੇ ਚਰਨਾਂ ਨਾਲ ਤਾਂ ਦੁਨੀਆ ਚੱਲਦੀ ਜਿਉ ਆਪਣੇ ਚਰਨ ਹੀ ਚੱਕਲੇ ਦੁਨੀਆ ਤੋਂ ਦੁਨੀਆ ਖਤਮ ਉਦੇ ਪੈਰਾਂ ਨਾਲ ਉਹਦੇ ਕਰਮਾਂ ਤੇ ਕਦਮਾਂ ਦੇ ਨਾਲ ਤਾਂ ਸੰਸਾਰ ਚੱਲ ਰਿਹਾ ਇਸੇ ਲਈ ਆਪਾਂ ਚਰਨਾਂ ਨੂੰ ਬਹੁਤ ਪਹਿਲ ਦੇਣੇ ਕਿਸੇ ਚੰਗੇ ਇਨਸਾਨ ਦੇ ਪੈਰ ਛੂਹਣ ਨੂੰ ਕਿਉਂ ਦਿਲ ਕਰਦਾ ਗੁਰੂ ਸਾਹਿਬ ਦੇ ਚਰਨੀਆਂ ਆਪਾਂ ਕਿਉਂ ਲੱਗਦੇ ਚਰਨਾ ਦੀ ਗੱਲ ਗੁਰਬਾਣੀ ਵਿੱਚ ਕਿਉਂ ਬਾਰ-ਬਾਰ ਕੀਤੀ ਗਈ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬਣੰਤੀ ਸੁਣ ਪ੍ਰਭ ਮੇਰੇ ਦੇਹੋ ਨਾਮ ਕਰ ਆਪਣੇ ਚਿਹਰੇ ਆਪਣੀ ਸ਼ਰਨ ਆਖ ਪ੍ਰਭ ਦਾਤੇ ਕਿਉਂ ਕਿਹਾ ਗਿਆ ਆਪਣੀ ਸ਼ਰਨ ਦੇ ਵਿੱਚ ਰੱਖ ਬਾਰ 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 ਜਦੋਂ ਸਤਿਗੁਰੂ ਚਰਨ ਕਮਲਾਂ ਦੀ ਗੱਲ ਕਰਦੇ ਨੇ ਤਾਂ ਨਿਹਾਲੋ ਨਿਹਾਲ ਕਰ ਦਿੰਦੇ ਨੇ ਚਰਨ ਕਮਲ ਕਾ ਆਸਰਾ ਔਰ ਉਥੇ ਮੀਨਿੰਗ ਇਸ ਚੀਜ਼ ਦਾ ਹੈ ਕਿ ਪਿਆਰਿਆ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜਨਾ ਹੀ ਸਾਡੀ ਜ਼ਿੰਦਗੀ ਦਾ ਇੱਕ ਮੇਨ ਹਿੱਸਾ ਹੈ ਉਤੋਂ ਹੀ ਸਾਨੂੰ ਸਭ ਕੁਝ ਮਿਲਦਾ ਹੈ ਉਤੋਂ ਹੀ ਸਾਨੂੰ ਸਭ ਕੁਝ ਪ੍ਰਾਪਤ ਹੁੰਦਾ ਇਸ ਲਈ ਪਿਆਰਿਆ ਪਰਮਾਤਮਾ ਦੇ ਜਿਹੜੇ ਚਰਨ ਨੇ ਉਹ ਇਸ ਦੁਨੀਆ ਵਿੱਚ ਮੌਜੂਦ ਨੇ ਤੂੰ ਗੁਰੂ ਦੇ ਰਾਈ ਉਹਨਾਂ ਨੂੰ ਵੇਖਣਾ ਹੈ ਤੇ ਉਹਨਾਂ ਨੂੰ ਸੁਣਨਾ ਹੈ ਤੇ ਤੇਰੀ ਜਿਹੜੀ ਜ਼ਿੰਦਗੀ ਹੈ ਉਹ ਆਨੰਦਮਗਨ ਹੋਏਗੀ ਤੇਰੀ ਜ਼ਿੰਦਗੀ ਦੇ ਵਿੱਚ ਕੋਈ ਸੋਜ ਆਏਗਾ ਰਸ ਆਏਗਾ ਕੋਈ ਸਵਾਦ ਆਏਗਾ ਅਗਲੀ ਗੱਲ ਸਤਗੁਰ ਕਹਿੰਦੇ ਪੂਜਾ ਸਤ ਸਤ ਸੇਵ ਆਧਾਰ ਪਰਮਾਤਮਾ ਦੀ ਪੂਜਾ ਸਤ ਹੈ ਸਦਾ ਨਾਲ ਨਿਭਣ ਵਾਲਾ ਇੱਕ ਕੰਮ ਹੈ ਸਤ ਸੇਵ ਆਧਾਰ ਸੋ ਜਿਹੜੇ ਪੂਜਾ ਕਰਨ ਵਾਲੇ ਨੇ ਉਹ ਵੀ ਅਟੱਲ ਹੋ ਜਾਂਦੇ ਨੇ ਪਰਮਾਤਮਾ ਦੀ ਪੂਜਾ ਕੀ ਹੈ ਪੂਜਾ ਕੀ ਚੈ ਨਾਮ ਤੇ ਆਈ ਹੈ ਬਿਨ ਨਾਮੇ ਪੂਜਣਾ ਹੋਈ ਪੂਜਾ ਕਰਨਾ ਕੀ ਹੈ ਰੱਬ ਦੀ ਪੂਜਾ ਰੱਬ ਦਾ ਨਾਮ ਜਪਣਾ ਰੱਬ ਵੱਲ ਜੁੜਨਾ ਪਰਮਾਤਮਾ ਵੱਲ ਅੱਖ ਪੁੱਟ ਕੇ ਵੇਖਣਾ ਕਹਿੰਦੇ ਜਿਹੜੀ ਐਸੀ ਪੂਜਾ ਕਰ ਰਹੇ ਨੇ ਉਹ ਵੀ ਅਟੱਲ ਹੈ ਉਹ ਕਦੇ ਵੀ ਜੰਮਦੇ ਮਰਦੇ ਨਹੀਂ ਹੈ ਉਹ ਕਦੇ ਵੀ ਖਤਮ ਨਹੀਂ ਹੁੰਦੇ ਉਹ ਅੱਜ ਵੀ ਮੌਜੂਦ ਹੈ ਕੱਲ ਵੀ ਮੌਜੂਦ ਹੋਣਗੇ ਤੇ ਜਿਹੜੇ ਪਰਮਾਤਮਾ ਨਾਲ ਜੁੜੇ ਨੇ ਉਹ ਵੀ ਇਦਾਂ ਦੇ ਨੇ ਰੱਬ ਤਾਂ ਹੈ ਕਮਾਲ ਦਾ ਸੋ ਅਸੀਂ ਕਿਉਂ ਐਵੇਂ ਐਵੇਂ ਕੱਚੀਆਂ ਪਿੱਲੀਆਂ ਦੀ ਪੂਜਾ ਵੱਲ ਜੁੜੀਏ ਜੇ ਪੂਜਾ ਕਰਨੀ ਰੱਬ ਦੀ ਕਰੋ ਆਪਣੇ ਅੰਦਰ ਪੂਜੋ ਪੂਜੋ ਆਰਾਮ ਏਕ ਹੀ ਦੇਵਾ ਸੱਚਾ ਨਾਮ ਹਨ ਗੁਰ ਕੀ ਸੇਵਾ ਜੇ ਪੂਜਣਾ ਤੇ ਇੱਕ ਨੂੰ ਪੂਜੀ ਆਪਾਂ ਕਿਉਂ ਆਪਾਂ ਹੋਰ ਪਾਸੇ ਜਾਣਾ ਕਿਉਂ ਆਪਾਂ ਹੋਰ ਪਾਸੇ ਜਾ ਕੇ ਪੂਜਾ ਕਰੀ ਜਿਵੇਂ ਬਾਬਾ ਨਾਮਦੇਵ ਸਾਹਿਬ ਨੇ ਕਿਹਾ ਕਿ ਮੈਂ ਪੱਥਰਾਂ ਦੀ ਪੂਜਾ ਕਿਉਂ ਕਰਾਂ ਜਵਾਬ ਬੜਾ ਕਮਾਲ ਦਾ ਸੀ ਜਦੋਂ ਕਿਸੇ ਨੇ ਸਵਾਲ ਕੀਤਾ ਵੀ ਤੂੰ ਕਿਉਂ ਨਹੀਂ ਪੂਜਦਾ ਉਹਨੇ ਕਿਹਾ ਮੈਂ ਪੱਥਰਾਂ ਦੀ ਪੂਜਾ ਕਿਉਂ ਕਰਾਂ ਇੱਕ ਇਹ ਪੱਥਰ ਕੀਜੇ ਪਾਉ ਇੱਕ ਪੱਥਰ ਨੂੰ ਰੱਬ ਮੰਨਦੇ ਹਾਂ ਦੂਜੇ ਪੱਥਰ ਧੜੀਏ ਪਾਉ ਦੂਸਰੇ ਪੱਥਰ ਤੇ ਪੈਰ ਰੱਖ ਕੇ ਲੰਘਦੇ ਹਾਂ ਜੇ ਉਹ ਦੇਉ ਤਾਂ ਉਹ ਵੀ ਦੇਵਾ ਜੇ ਜਿਹੜਾ ਪੱਥਰ ਤੁਸੀਂ ਭਗਵਾਨ ਬਣਾ ਲਿਆ ਉਹ ਭਗਵਾਨ ਹੈ ਤੇ ਜਿਹਦੇ ਉੱਤੇ ਪੈਰ ਰੱਖ ਕੇ ਜਾ ਰਹੇ ਹਾਂ ਉਹ ਭਗਵਾਨ ਨਹੀਂ ਫਿਰ ਸੁਣਿਓ ਇੱਕ ਹੈ ਪੱਥਰ ਕੀਜੈ ਪਾਉ ਦੂਜੇ ਪੱਥਰ ਧੜੀਏ ਪਾਉ ਜੇ ਉਹ ਦੇਉ ਤਾਂ ਉਹ ਵੀ ਦੇਵਾ ਕਹਿ ਨਾਮ ਦਿਉ ਹਮਾਰੀ ਕੀ ਸੇਵਾ ਮੈਂ ਉਹਦੀ ਪੂਜਾ ਚ ਲੱਗਾਂ ਮੈਂ ਉਹਦੀ ਸੇਵਾ ਚ ਲੱਗਾਂ ਜਿਹੜਾ ਕਮਾਲ ਦਾ ਹੈ ਸਭਣਾ ਵਿੱਚ ਇੱਕ ਰਸ ਵਸਦਾ ਹੈ ਬਸ ਗੱਲ ਇੱਥੇ ਹੀ ਕੋ ਖਤਮ ਹੋ ਜਾਂਦੀ ਜੇ ਉਹਦੀ ਪੂਜਾ ਕਰਨੀ ਹੈ ਉਹਦਾ ਨਾਮ ਜਪਣਾ ਉਹਨੂੰ ਦਿਲ ਤੋਂ ਮੰਨਣਾ ਹੈ ਦਿਲ ਤੋਂ ਧਿਆਉਣਾ ਹੈ ਉਹਦੀ ਹਸਤੀ ਨੂੰ ਸਾਖਸ਼ਾਤ ਵੇਖਣਾ ਹੈ ਬਸ ਫਿਰ ਜੀਵਨ ਜਿਹੜਾ ਉਹ ਬਦਲ ਜਾਏਗਾ ਦਰਸ਼ਨ ਸਤ ਸਤਪੇਖਣ ਹਾਰ ਪਰਮਾਤਮਾ ਦਾ ਜਿਹੜਾ ਦਿਦਾਰ ਹੈ ਦਰਸ਼ਨ ਹੈ ਪਰਮਾਤਮਾ ਦਾ ਸਦਾ اٹਲ ਹੈ ਕਿਉਂ ਆਖਿਆ ਗਿਆ ਸਤ ਦਰਸ਼ਨ ਸਤ ਕਿਉਂ ਕਿਹਾ ਗਿਆ ਹੁਣ ਮੰਨ ਲਓ ਕੋਈ ਵੀ ਇਨਸਾਨ ਹੈ ਉਹ ਸਦਾ ਨਹੀਂ ਰਹਿੰਦਾ ਖਤਮ ਹੋ ਜਾਂਦਾ ਪਰ ਪਰਮਾਤਮਾ ਹਮੇਸ਼ਾ ਮੌਜੂਦ ਹੈ ਸਭਣਾ ਵਿੱਚ ਇਸ ਲਈ ਆਖਿਆ ਗਿਆ ਕਿ ਜਦੋਂ ਤੁਸੀਂ ਤਿਆਰ ਬਰ ਤਿਆਰ ਪੰਜ ਸਿੰਘ ਦੇਖੋ ਤਾਂ ਉਹਦੇ ਵਿੱਚੋਂ ਤੁਸੀਂ ਮੈਨੂੰ ਵੇਖ ਸਕਦੇ ਹੋ ਜੋ ਕਿ ਜੀਵਨ ਵਾਲਾ ਖੁਦ ਆਪਣੇ ਆਪ ਨੂੰ ਵੇਖੇ ਤਾਂ ਕਲਗੀ ਵਾਲੇ ਨੇ ਕਿਹਾ ਸੀ ਤੁਸੀਂ ਮੈਨੂੰ ਵੇਖ ਸਕਦੇ ਹੋ। ਇਹੀ ਉਹਦਾ ਦਰਸ਼ਨ ਹੈ। ਉਹਦੇ ਦਰਸ਼ਨ ਹਮੇਸ਼ਾ ਨੇ ਤੇ ਜਿਹੜੇ ਉਹਦੇ ਦਰਸ਼ਨ ਕਰਨ ਵਾਲੇ ਨੇ ਉਹ ਵੀ ਜਨਮ ਮਰਨ ਤੋਂ ਰਹਿਤ ਹੋ ਜਾਂਦੇ ਨੇ। ਉਹਨਾਂ ਦਾ ਵੀ ਜੀਵਨ ਜਿਹੜਾ ਪਾਕ ਪਵਿੱਤਰ ਹੋ ਜਾਂਦਾ। ਨਾਮ ਸਤ ਸਤਿ ਧਿਆਵਨ ਹਾਰ। ਪਰਮਾਤਮਾ ਦਾ ਨਾਮ ਵੀ ਸਦਾ ਅਟਲ ਹੈ ਤੇ ਉਹਦਾ ਸਿਮਰਨ ਕਰਨ ਵਾਲੇ ਉਹ ਵੀ ਅਟਲ ਨੇ। ਆਪ ਸਤ ਸਤ ਸਭ ਧਾਰੀ ਨਿਰੰਕਾਰ ਵਾਹਿਗੁਰੂ ਆਪ ਸਦਾ ਰਹਿਣ ਵਾਲਾ ਤੇ ਉਹਨੇ ਜਿਹੜੀ ਆ ਸ੍ਰਿਸ਼ਟੀ ਬਣਾਈ ਹੋਈ ਹੈ ਉਹ ਵੀ ਸਦਾ ਸਥਿਰ ਰਹਿਣ ਵਾਲੀ ਭਾ ਉਹਦੇ ਨਿਯਮ ਦੇ ਵਿੱਚ ਕੰਮ ਕਰੀਏ ਧਾਰੀ ਭਾ ਉਹ ਟਿਕਾਈ ਹੋਈ ਜਿੱਥੇ-ਜਿੱਥੇ ਟਿਕਾਈ ਉੱਥੇ-ਉੱਥੇ ਟਿੱਕੀ ਹੋਈ ਹੈ ਭਜਦਾ ਤਾਂ ਬੰਦਾ ਹੀ ਹੈ ਅੱਗੇ ਆਪੇ ਗੁਣ ਆਪੇ ਗੁਣਕਾਰੀ ਆਪ ਹੀ ਅਕਾਲ ਪੁਰਖ ਵਾਹਿਗੁਰੂ ਗੁਣ ਰੂਪ ਹੈ ਆਪ ਹੀ ਗੁਣਾ ਨੂੰ ਪੈਦਾ ਕਰਨ ਵਾਲਾ ਹੈ ਇੱਥੇ ਸਾਰੀ ਗੱਲ ਦਾ ਜਿਹੜਾ ਨਾ ਮੇਨ ਭਾਵ ਨਿਕਲ ਆਉਂਦਾ ਪਰਮਾਤਮਾ ਹੈ ਹੀ ਗੁਣ ਹੈ ਜਦੋਂ ਸਾਡੇ ਜੀਵਨ ਵਿੱਚ ਵਸਦੇ ਨੇ ਘਰ ਕਰਦੇ ਨੇ ਜੀਵਨ ਬਦਲਦਾ ਹੈ ਜੀਵਨ ਚੇਂਜ ਹੁੰਦਾ ਹੈ ਆਪ ਗੁਣ ਹੈ ਆਪ ਹੀ ਗੁਣਕਾਰੀ ਹੈ ਆਪ ਹੀ ਗੁਣ ਪੈਦਾ ਕਰਨ ਵਾਲਾ ਹੈ ਤੇ ਆਪ ਹੀ ਗੁਣ ਰੂਪ ਹੈ ਜਿਹਦੇ ਵਿੱਚ ਵਸਦਾ ਹੈ ਉਹਦਾ ਜੀਵਨ ਬਦਲਦਾ ਹੈ ਮੈਂ ਕਈ ਵਾਰ ਕਿਹਾ ਕਰਦਾ ਹੁਨਾ ਕਿ ਸਤਗੁਰੂ ਸਹਿਬਾਨਾ ਨੇ ਆਪਣੀ ਲਾਈਫ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਚੇਂਜ ਕੀਤਾ ਬਹੁਤ ਸਾਰੇ ਲੋਕਾਂ ਦਾ ਜੀਵਨ ਬਦਲਿਆ ਕਾਰਨ ਕੇਵਲ ਤੇ ਕੇਵਲ ਇਤਨਾ ਹੈ ਕਿ ਬੰਦੇ ਉਹੀ ਰਹੇ ਨੇ ਲੇਕਿਨ ਉਹਨਾਂ ਦਾ ਸੁਭਾਅ ਉਹਨਾਂ ਦੇ ਗੁਣ ਉਹਨਾਂ ਦਾ ਉਹਨਾਂ ਦੀ ਚਾਲ ਚੱਲਣ ਜਿਹੜੀ ਸੀ ਉਹ ਬਦਲ ਦਿੱਤੀ ਗਈ। ਬਸ ਫਿਰ ਕੀ ਹੋਇਆ? ਜਿਹੜਾ ਚੋਰੀਆਂ ਕਰਨ ਵਾਲਾ ਸੀ ਉਹ ਬਿੱਦੀ ਚੰਦ ਸੀਨਾ ਗੁਰੂ ਦਾ ਸੀਨਾ ਬਣ ਗਿਆ। ਜਿਹੜਾ ਚੋਰੀਆਂ ਕਰਨ ਵਾਲਾ ਸੀ ਉਹ ਭੂਮੀਆਂ ਚੋਰ ਗੁਰੂ ਨਾਨਕ ਸਾਹਿਬ ਦਾ ਸਿੱਖ ਬਣ ਜਾਂਦਾ। ਲੋਕਾਂ ਨੂੰ ਲੁੱਟਣ ਮਾਰਨ ਵਾਲਾ ਸੀ ਸੱਜਣ ਠੱਗ ਗੁਰੂ ਸਾਹਿਬ ਦਾ ਸਿੱਖ ਬਣ ਜਾਂਦਾ। ਸਤਗੁਰੂ ਸ਼ਰੀਰ ਨਹੀਂ ਬਦਲਦੇ ਨੇ ਅੰਦਰੋਂ ਕੁਝ ਚੇਂਜ ਕਰਦੇ ਜੋ ਸਾਡੇ ਜੀਵਨ ਦਾ ਅੰਦਰਲਾ ਹਿੱਸਾ ਨਾ ਉਹਨੂੰ ਚੇਂਜ ਕਰਦੇ ਪਰ ਆ ਪ੍ਰਮਾਤਮਾ ਗੁਣ ਹੈ ਜਦੋਂ ਅੰਦਰ ਵਸੇਗਾ ਤੇ ਜੀਵਨ ਦੀ ਨੁਹਾਰ ਆਪਣੇ ਆਪ ਚੇਂਜ ਹੋ ਜਾਏਗੀ ਆਪਾਂ ਕਈ ਵਾਰ ਕਹਿੰਦੇ ਹੁੰਨੇ ਨਾ ਕਿ ਕੋਈ ਬੰਦਾ ਪਹਿਲਾਂ ਆ ਕੰਮ ਕਰਦਾ ਹੁੰਦਾ ਸੀ ਅਚਨ ਚੇਤ ਬਦਲ ਗਿਆ ਉਹਦੇ ਬਦਲ ਦੇ ਪਿੱਛੇ ਕਾਰ ਨਹੀਂ ਹੈ ਉਹਦੇ ਅੰਦਰ ਹੁਣ ਗੁਣ ਪੈਦਾ ਹੋ ਗਏ ਉਹਨੂੰ ਆਪਣੀ ਨਿੱਜੀ ਦੀ ਪਛਾਣ ਹੋ ਗਈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗਮਾਨ ਇਹ ਸਮਝਾਇਆ ਗਿਆ ਵੀ ਤੂੰ ਜੋ ਹੈ ਤੂੰ ਉਹ ਆਪਣੇ ਆਪ ਨੂੰ ਦੇਖ ਕਈ ਵਾਰ ਆਪਾਂ ਭੁੱਲ ਜਾਂਦੇ ਆਪਣੀ ਹਸਤੀ ਨੂੰ ਆਪਣੀ ਹੋਦ ਨੂੰ ਫਿਰ ਦੱਸਿਆ ਜਾਂਦਾ ਸਮਝਾਇਆ ਜਾਂਦਾ ਵੀ ਤੂੰ ਹੈ ਕੌਣ ਆ ਜਿਵੇਂ ਅੱਜ ਦੱਸਿਆ ਜਾ ਰਿਹਾ ਵੀ ਤੁਸੀਂ ਕੌਣ ਹੋ ਕਿਹੜੇ ਪਾਸੇ ਜਾ ਰਹੇ ਹੋ ਸਮਝਾਇਆ ਜਾਂਦਾ ਸਭ ਤੋਂ ਜ਼ਿਆਦਾ ਆਪਾਂ ਆਪਣਾ ਨੁਕਸਾਨ ਕਰ ਰਹੇ ਆ ਸਾਡੀ ਕੌਮ ਕਰ ਰਹੀ ਏ ਕਮਾਲ ਦੀ ਗੱਲ ਸਾਨੂੰ ਦੱਸਿਆ ਜਾ ਰਿਹਾ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਵਾਰਿਸਾਂ ਸ਼ਾਮ ਸਿੰਘ ਅਟਾਰੀ ਦੇ ਵਾਰਿਸਾਂ ਸਰਦਾਰ ਹਰੀ ਸਿੰਘ ਨੜੂਆ ਦੇ ਵਾਰਿਸਾਂ ਤੇ ਸਿੱਖਾਂ ਸਿੱਖਾਂ ਨੂੰ ਦੱਸਣਾ ਪੈ ਰਿਹਾ ਉਹਨਾਂ ਦੇ ਬੱਚਿਆਂ ਨੂੰ ਦੱਸਣਾ ਪੈ ਰਿਹਾ ਫਿਰ ਵੀ ਆਪਾਂ ਸਿਗਟਾਂ ਬੀੜੀਆਂ ਪੀਣ ਵਾਲਿਆਂ ਦੇ ਕਦਮੀ ਜਾ ਕੇ ਲੱਗਣਾ ਜ਼ਿਆਦਾ ਲਾਈਕ ਕਰਦੇ ਆ ਜ਼ਿਆਦਾ ਪਸੰਦ ਕਰਦੇ ਆ ਜਦ ਜਿਸ ਦਿਨ ਸਾਨੂੰ ਇਸ ਚੀਜ਼ ਦੀ ਪਛਾਣ ਹੋ ਗਈ ਵੀ ਆਪਾਂ ਕੌਣ ਆ ਉਸ ਦਿਨ ਹੀ ਨੁਹਾਰ ਬਦਲੇਗੀ ਜੀਵਨ ਦੀ ਤੇ ਜਦੋਂ ਤੱਕ ਸਾਨੂੰ ਇਸ ਚੀਜ਼ ਦੀ ਪਛਾਣ ਨਹੀਂ ਨਾ ਹੁੰਦੀ ਉਦੋਂ ਤੱਕ ਆਪਾਂ ੱੱੱਕੇ ਖਾਂਦੇ ਰਵਾਂਗੇ ਤੇ ੱੱੱਕੇ ਖਾਣ ਵਾਲਾ ਇਨਸਾਨ ਕਦੇ ਵੀ ਸੁੱਖ ਨਹੀਂ ਪਾ ਸਕਦਾ ਸੁਖੀ ਹੋਈ ਹੈ ਜਿਹਨੂੰ ਆਪਣੇ ਗੁਣ ਦੀ ਪਛਾਣ ਹੋ ਗਈ ਮੈਂ ਮੈਂ ਕੌਣ ਆ ਰੱਬ ਗੁਣ ਹੈ ਗੁਣਕਾਰੀ ਪੈਦਾ ਕਰਨ ਵਾਲਾ ਜਿਸ ਦਿਨ ਇਹ ਪਛਾਣ ਹੋ ਗਈ ਮੈਂ ਕਲਕੀਆਂ ਵਾਲੇ ਦਾ ਬੱਚਾ ਹਾਂ ਪੁੱਤਰ ਹਾਂ ਅੱਫੇ ਭਟਕਣਾ ਆਪਣਾ ਜ਼ਿੰਦਗੀ ਚ ਖਤਮ ਹੋ ਜਾਏਗੀ ਭਟਕਣਾ ਹੈ ਹੀ ਉਦੋਂ ਹੈ ਜਦੋਂ ਅਸੀਂ ਆਪਣੇ ਆਪ ਨੂੰ ਜਾਣਦੇ ਨਹੀਂ ਆਪਣੇ ਆਪ ਦੀ ਪਹਿਚਾਨ ਨਹੀਂ ਕਰਦੇ ਸੋ ਆਓ ਖੁਦ ਨੂੰ ਜਾਣੀਏ ਆਪਣੇ ਅੰਦਰ ਇਹਨਾਂ ਗੁਣਾਂ ਨੂੰ ਪੈਦਾ ਕਰੀਏ ਸ਼ਬਦ ਸਤ ਸਤ ਪ੍ਰਭ ਬਕਤਾ ਬਕਤਾ ਦਾ ਮਤਲਬ ਹੈ ਉਚਾਰਨ ਕਰਨ ਵਾਲਾ ਆਖਣ ਵਾਲਾ ਸ਼ਬਦ ਸਤ ਪਰਮਾਤਮਾ ਦੀ ਸਿਫਤਸਲਾ ਦਾ ਜਿਹੜਾ ਸ਼ਬਦ ਹੈ ਉਹ ਸਦਾ ਰਹਿਣ ਵਾਲਾ ਹੈ ਸਤ ਪ੍ਰਭ ਬਕਤਾ ਸ਼ਬਦ ਨੂੰ ਉਚਾਰਨ ਕਰਨ ਵਾਲਾ ਵੀ ਸਦਾ ਰਹਿਣ ਵਾਲਾ ਹੈ ਭਾਵ ਕਿ ਰੱਬ ਦੀ ਜਿਹੜੀ ਸਿਫਤ ਹੈ ਉਹਦੀ ਵਡਿਆਈ ਹੈ ਉਹ ਕਦੇ ਖਤਮ ਨਹੀਂ ਹੋਣੀ ਤੇ ਜਿਹੜਾ ਉਹਨੂੰ ਜਪਣ ਵਾਲਾ ਉਹ ਵੀ ਕਦੇ ਖਤਮ ਨਹੀਂ ਹੋਣਾ ਭਾਵ ਹਮੇਸ਼ਾ ਰਹਣੇ ਨੇ ਦੇਖੋ ਸਚਾਈ ਅਤੇ ਬੁਰਾਈ ਚੱਲਦੀ ਰਹੀ ਪਰ ਜਿੱਤ ਹਮੇਸ਼ਾ ਸੱਚ ਦੀ ਹੁੰਦੀ ਝੂਠ ਦੀ ਨਹੀਂ ਸੱਚ ਨਿਰੰਕਾਰ ਹੈ ਉਹਨੂੰ ਧਿਆਉਣ ਵਾਲੇ ਹਮੇਸ਼ਾ ਹਮੇਸ਼ਾ ਰਹੇ ਨੇ ਸਮਾਂ ਭਾਵੇਂ ਜਿੰਨਾ ਮਰਜੀ ਵਿਰੋਧ ਕਰਦਾ ਰਹੇ ਪਰ ਉਹਦੇ ਨਾਲ ਜੁੜਨ ਵਾਲੇ ਭਾਵੇਂ ਥੋੜੀ ਗਿਣਤੀ ਵਿੱਚ ਹੋਣ ਹਮੇਸ਼ਾ ਰਹਿੰਦੇ ਨੇ ਕਦੇ ਉਹ ਖਤਮ ਨਹੀਂ ਹੁੰਦੇ ਅੱਗੇ ਗੱਲ ਸੁਰਤ ਸਤ ਸਤ ਜਸ ਸੁਨਤਾ ਪਰਮਾਤਮਾ ਵਿੱਚ ਸੁਰਤ ਜੋੜਨੀ ਇਹ ਵੀ ਇੱਕ ਸਤ ਕਰਮ ਹੈ ਸਤ ਜਸ ਸੁਨਤਾ ਪਰਮਾਤਮਾ ਦਾ ਜਸ ਸੁਨਣਾ ਇਹ ਵੀ ਇੱਕ ਸਤ ਕਰਮ ਹੈ ਭਾਵ ਕਿ ਪਰਮਾਤਮਾ ਵਿੱਚ ਸੁਰਤ ਜੋੜਨੀ ਇਹ ਕੋਈ ਮਾੜੀ-ਮੋਟੀ ਗੱਲ ਨਹੀਂ ਹੈ ਮਾੜੀ-ਮੋਟੀ ਗੱਲ ਨਹੀਂ ਤੇ ਇਹ ਝੂਠ ਵੀ ਨਹੀਂ ਇਹਦੇ ਨਾਲ ਕੀ ਹੁੰਦਾ ਸਚਾਈ ਵੱਲ ਤੁਹਾਡੇ ਕਦਮ ਵਧਦੇ ਨੇ ਤੁਹਾਡੇ ਅੰਦਰ ਸਹਜਤਾ ਆਉਂਦੀ ਹੈ ਆਨੰਦ ਆਉਂਦਾ ਹੈ ਸ਼ਾਂਤੀ ਆਉਂਦੀ ਹੈ ਤੁਹਾਡਾ ਜਿਹੜਾ ਜੀਵਨ ਹੈ ਸੱਥੇ ਹੋ ਜਾਂਦਾ ਹੈ ਜਿਹੜੇ ਜੁੜ ਜਾਂਦੇ ਨੇ ਉਹ ਪਰਮਾਤਮਾ ਦਾ ਹੀ ਰੂਪ ਹੋ ਜਾਂਦੇ ਨੇ। ਬੁੱਝਣਾ ਹਰ ਕੋ ਸਤ ਸਭ ਹੋਏ। ਪਰਮਾਤਮਾ ਜਿਹੜਾ ਨਾ ਪਰਮਾਤਮਾ ਦੀ ਹੋਂਦ ਸਮਝਣ ਵਾਲੇ ਨੂੰ ਉਸ ਦਾ ਰਚਿਆ ਸੰਸਾਰ ਵੀ ਉਹਦੇ ਵਰਗਾ ਹੀ ਜਾਪਦਾ ਹੈ। ਜਦੋਂ ਉਹ ਦੁਨੀਆ ਨੂੰ ਵੇਖਦਾ ਤੇ ਕਹਿੰਦਾ ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ। ਇਹ ਰੱਬ ਦਾ ਘਰ ਹੈ ਰੱਬ ਵਰਗਾ ਹੀ ਹੈ। ਉਹਨੂੰ ਪਰਮਾਤਮਾ ਦੀ ਦੁਨੀਆ ਵੀ ਪਰਮਾਤਮਾ ਵਰਗੀ ਜਾਪਦੀ ਹੈ। ਉਹਨੂੰ ਇਦਾਂ ਲੱਗਦਾ ਨਹੀਂ ਕਿ ਸੰਸਾਰ ਖਤਮ ਹੋਣ ਵਾਲਾ ਉਹ ਕਹਿੰਦਾ ਰੱਬ ਨੇ ਪੈਦਾ ਕੀਤੀ ਰੱਬ ਵਰਗੀ ਹੀ ਹੈ ਉਹਦੇ ਵਿੱਚੋਂ ਰੱਬ ਨੂੰ ਵੇਖਦਾ ਉਹ ਨਿਰੰਕਾਰ ਨੂੰ ਤੱਕਦਾ ਨਾਨਕ ਸਤ ਸਤ ਪ੍ਰਭ ਸੋਏ ਇਸ ਲਈ ਪਰਮਾਤਮਾ ਇਹ ਨਾਨਕ ਆਪ ਸਦਾ ਰਹਿਣ ਵਾਲਾ ਹੈ ਤੇ ਜਿਹੜੇ ਉਹਨੂੰ ਪਿਆਰ ਕਰਦੇ ਨੇ ਉਹਨਾਂ ਨੂੰ ਇਸ ਚੀਜ਼ ਦੀ ਜਦੋਂ ਸਮਝ ਲੱਗ ਜਾਂਦੀ ਹੈ ਫਿਰ ਉਹ ਇਹ ਚੀਜ਼ ਨੂੰ ਆਪਣੇ ਅੰਦਰ ਪਾਲ ਲੈਂਦੇ ਨੇ ਲੋਕਾਂ ਨੂੰ ਸਮਝਾਉਂਦੇ ਨੇ ਕਿ ਭਾਈ ਸਰੀਰ ਸਦਾ ਸਾਡਾ ਨਹੀਂ ਰਹਿਣਾ ਪਰ ਹਮੇਸ਼ਾ ਰਵਾਂਗੇ ਆਪਾਂ ਤੁਹਾਡੇ ਵਿੱਚ ਮੈਂ ਤੋਂ ਬਾਹਰ ਨਹੀਂ ਜਾਣ ਲੱਗਾ ਮੈਂ ਹਮੇਸ਼ਾ ਰਹਾਗਾ ਪਰ ਮੇਰਾ ਸ਼ਰੀਰ ਹਮੇਸ਼ਾ ਰਹਿਣ ਵਾਲਾ ਨਹੀਂ ਹੈ ਸੋ ਆਓ ਜੇਕਰ ਇਹਨਾਂ ਗੱਲਾਂ ਦੀ ਸਮਝ ਲੱਗ ਗਈ ਤੇ ਸਾਡਾ ਜਿਹੜਾ ਜੀਵਨ ਹੈ ਉਹ ਬਦਲ ਜਾਏਗਾ ਇਤਨੀਆਂ ਬੇਨਤੀਆਂ ਸਵਾਰ ਕਰਨੀਆਂ ਜੀ 17ਵੀਂ ਅਸ਼ਟਪਦੀ ਦੀ ਆਪਾਂ ਪਹਿਲੀ ਪੌੜੀ ਦਾ ਜਿਹੜਾ ਮੇਨ ਭਾਵ ਹੈ ਉਹ শ্রবণ ਕੀਤਾ ਹੈ ਆਉਣ ਵਾਲੇ ਸਮੇਂ 'ਚ ਵੀ ਮਾਲਕ ਨੇ ਕਿਰਪਾ ਕੀਤੀ ਤਾਂ ਇਸ ਤਰ੍ਹਾਂ ਹੀ ਸਤਗੁਰੂ ਦੀ ਵਿਚਾਰ ਨਾਲ ਜੁੜੇ ਰਵਾਂਗੇ ਨਾਨਕ ਨਾਮ ਚੜ੍ਹ ਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ